ਪਾਕਿਸਤਾਨ ਆਰਮੀ ਦਾ ਪਹਿਲਾ ਨਿਸ਼ਾਨਾ ਸੀ ਕਿ ਸਤਲੁਜ ਤੇ ਬਿਆਸ ਦੇ ਸੰਗਮ ਹਰੀਕੇ ਦੇ ਉੱਤੇ ਕਬਜ਼ਾ ਕਰਕੇ ਉੱਥੋਂ ਦਾ ਪੋਲ ਢਾਹ ਦਿੱਤਾ ਜਾਵੇ ਤਾਂ ਕਿ ਇਹ ਸਾਰੇ ਇਲਾਕੇ ਦਾ ਸੰਪਰਕ ਭਾਰਤ ਨਾਲ ਟੁੱਟ ਜਾਵੇ ਜਦੋਂ ਇਹ ਸਾਰੀ ਗੱਲ ਦੀ ਖਬਰ ਆਰਮੀ ਚੀਫ ਮਿਸਟਰ ਚੌਧਰੀ ਨੂੰ ਲੱਗੀ ਤਾਂ ਉਹਨਾਂ ਨੇ ਫੋਨ ਕਰਕੇ ਸਰਦਾਰ ਹਰਬਖਸ਼ ਸਿੰਘ ਨੂੰ ਇਹ ਆਰਡਰ ਦਿੱਤਾ ਕਿ ਅਸੀਂ ਪਹਿਲੇ ਮੋਰਚਿਆਂ ਤੋਂ ਪਾਕਿਸਤਾਨ ਤੋਂ ਹਾਰ ਚੁੱਕੇ ਹਾਂ ਇਹ ਸਾਰਾ ਇਲਾਕਾ ਜਿੱਤਣ ਤੋਂ ਹੁਣ ਪਾਕਿਸਤਾਨ ਨੂੰ ਕੋਈ ਨਹੀਂ ਰੋਕ ਸਕਦਾ ਸੋ ਤੁਸੀਂ ਆਪਣੀ ਸਾਰੀ ਫੌਜ ਲੈ ਕੇ ਬਿਆਸ ਦਰਿਆ ਦੇ ਪਿੱਛੇ ਹਟ ਜਾਓ ਤੇ ਬਿਆਸ ਦਰਿਆ ਤੇ ਆ ਕੇ ਆਪਣੀ ਸੈਕੰਡ ਡਿਫੈਂਸ ਲਾਈਨ ਤਿਆਰ ਕਰੋ ਬਾਕਿ ਟ ਸੇਨਾ ਮੁਖੀ ਦੀ ਇਹ ਗੱਲ ਸੁਣੀ ਤੇ ਮੈਂ ਹੈਰਾਨ ਰਹਿ ਗਿਆ ਸਾਡੇ ਫੋਨ ਤੇ ਬੜੀ ਤਿੱਖੀ ਬਹਿਸ ਹੋਈ ਮੈਂ ਮਿਸਟਰ ਚੌਧਰੀ ਦੀ ਇਹ ਗੱਲ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਤੇ ਅਗਲੇ ਦਿਨ ਹੀ ਜਰਨਲ ਚੌਧਰੀ ਆਪਣਾ ਹੈਲੀਕਾਪਟਰ ਲੈ ਕੇ ਅੰਬਾਲਾ ਆ ਗਏ ਇਸ ਦੀ ਪੂਰੀ ਵੀਡੀਓ ਦਾ ਲਿੰਕ ਤੁਹਾਨੂੰ ਥੱਲੇ ਦਿੱਤੇ ਗਏ ਸਾਈਨ ਤੇ ਮਿਲ ਜਾਵੇਗਾ ਜਾ ਕੇ ਚੈੱਕ ਕਰੋ ਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀ ਹੋਰ ਵੀ ਇਨਫੋਰਮੇਸ਼ਨ ਵੀਡੀਓ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ